ਲਓ ਵੀ ਦੋਸਤੋ, ਕੀ ਹਾਲ ਚਾਲ ਨੇ? ਅਤੇ ਆਪਾਂ ਖੜ੍ਹੇ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ 'ਤੇ, ਅਤੇ ਅੱਜ ਤੁਹਾਨੂੰ ਟਰੈਕਟਰਾਂ ਦੇ ਰੇਟ ਮਾਡਲ ਬਾਰੇ ਜਾਣਕਾਰੀ ਦੇਵਾਂਗੇ, ਅਤੇ ਸਟਾਰਟ ਕਰਾਂਗੇ ਵੀਡੀਓ ਬਾਈ ਜੀ ਸਵਰਾਜ 744 FE ਤੋਂ 3-star ਤੋਂ। ਜੇ ਟਾਇਰਾਂ ਦੀ ਗੱਲ ਕਰੀਏ, ਬੈਕ ਟਾਇਰ ਹੈਗੇ ਨੇ ਬਾਈ ਜੀ 80 ਕੁ ਪੈਸੇ, ਅਤੇ ਫਰੰਟ ਟਾਇਰ ਵੀ ਬਾਈ ਜੀ, ਅਤੇ ਸਾਦੀ ਕਟਾਈ ਵਾਲਾ ਟਰੈਕਟਰ ਹੈਗਾ ਬਾਈ ਜੀ, ਅਤੇ 13 ਮਾਡਲ ਆ ਬਾਈ ਜੀ, ਅਤੇ 3,95,000 ਰੁਪਇਆ ਰੇਟ ਹੈਗਾ। ਬਾਕੀ ਤੁਹਾਨੂੰ ਸਾਰਾ ਘੁੰਮ ਫਿਰ ਕੇ ਆਪਾਂ ਦਿਖਾ ਦਿੰਦੇ ਹਾਂ ਟਰੈਕਟਰ ਦੀ ਕੰਡੀਸ਼ਨ ਕਿੱਦਾਂ ਦੀ ਹੈਗੀ, ਅਤੇ ਨਾਲ ਕੀ ਕੁਛ ਹੈਗਾ ਡੰਡਾ ਡਰਾਵਲ, ਅਤੇ ਬਾਕੀ ਪਿੱਛੇ ਜਿਵੇਂ ਆਪਾਂ ਕਹਿੰਦੇ ਅੱਟੇ ਵਗੈਰਾ ਸ਼ੌਂਕ ਕਰੀ ਹੋਈ ਆ, ਅਤੇ ਬਾਕੀ ਛਾਤਰੀ ਵਗੈਰਾ ਦੇਖ ਸਕਦੇ ਹੋਗੇ। ਕੰਡੀਸ਼ਨ ਦਾ ਟਰੈਕਟਰ ਪੂਰਾ ਸਾਫ਼ ਪਿਆ ਹੈਗਾ, ਓਕੇ ਰਿਪੋਰਟ 'ਚ ਪਿਆ ਹੈਗਾ, ਅਤੇ ਲਓ ਵੀ ਚੈੱਕ ਕਰ ਲਓ। ਅਤੇ 88 ਕੁ ਘੰਟਾ ਤਕਰੀਬਨ ਚੱਲਿਆ ਹੈ ਬਾਈ ਜੀ। ਅਤੇ ਅੱਗੇ ਹੈਗਾ ਬਾਈ ਜੀ ਨਿਊ ਹੋਲੈਂਡ 3630, ਇਹ ਵੀ ਬਾਈ ਜੀ TXT ਮਾਡਲ 'ਚ ਹੈਗਾ, ਅਤੇ PV45 ਨੰਬਰ ਹੈਗਾ ਬਾਈ ਜੀ। ਅਤੇ ਬਾਕੀ ਜੇ ਟਾਇਰਾਂ ਦੀ ਗੱਲ ਕਰੀਏ, ਬੈਕ ਟਾਇਰ ਹੈਗੇ 80 ਪੈਸੇ, ਅਤੇ ਫਰੰਟ ਟਾਇਰ ਵੀ ਹੈਗੇ ਨੇ ਬਾਈ ਜੀ 75 ਕੁ ਪੈਸੇ। 10 ਮਾਡਲ ਆ, 5,10,000 ਰੁਪਇਆ ਡਿਮਾਂਡ ਲੱਗੇ। ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਬਾਈ ਜੀ, ਪੂਰਾ ਸੋਹਣਾ ਪਿਆ ਹੈਗਾ ਜਿਹੜੇ ਹਿਸਾਬ ਨਾਲ ਬਾਈ ਜੀ ਮਾਡਲ ਹੈਗਾ। ਅਤੇ ਬਾਕੀ BKT ਦੇ ਬੈਕ ਟਾਇਰ ਨੇਗੇ, ਅਤੇ ਫਰੰਟ ਟਾਇਰ ਵੀ ਬਾਈ ਜੀ 10 ਮਾਡਲ, 5,10,000 ਰੁਪਇਆ ਡਿਮਾਂਡ ਆ। ਅਤੇ ਅੱਗੇ ਗਿਆ ਬਾਈ 3602 TXT ਮਾਡਲ ਵਾਲਾ, 50 horsepower ਦਾ ਆਲ ਆਊਂਡਰ ਪਲੱਸ ਵਾਲਾ ਬਾਈ ਜੀ, ਅਤੇ ਸਾਈਡ ਗੇਅਰ ਆ ਗਿਆ। ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ, 75 ਕੁ ਪੈਸੇ ਬੈਕ ਟਾਇਰ ਪੈਣਗੇ, 14 ਦੇ ਟਾਇਰ ਨੇ ਬਾਈ ਜੀ, ਅਤੇ ਇਹ 16 ਦੇ ਟਾਇਰਾਂ 'ਚ ਹੈਗੇ, ਇਹ 14 ਦੇ ਟਾਇਰਾਂ 'ਚ ਹੈਗੇ, ਅਤੇ ਫਰੰਟ ਟਾਇਰ ਵੀ ਤੁਸੀਂ ਦੇਖ ਸਕਦੇ 75-80 ਪੈਸੇ ਪੈਣੇ, ਪਾਵਰ ਸਟੀਅਰਿੰਗ ਆ, ਅਤੇ ਡਬਲ ਪੰਪ 'ਚ ਹੈਗਾ, 19 ਮਾਡਲ ਆ, ਅਤੇ 5,75,000 ਰੁਪਇਆ ਡਿਮਾਂਡ ਆ ਜੀ। ਲਓ ਵੀ ਚੈੱਕ ਕਰੋ ਟਰੈਕਟਰ, ਅਤੇ ਰਿੰਮਾ ਰੁੰਮਾ ਦਾ ਵੀ ਪੂਰਾ ਵਧੀਆ ਪਿਆ, ਅਤੇ ਮਗਰਾਟਮ ਗਰੂਟਾਂ ਦਾ ਵੀ। ਅਤੇ ਅੱਗੇ ਹੈਗਾ ਬਾਈ ਜੀ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ ਵਾਲਾ, ਅਤੇ ਪਹਿਲਾਂ ਦਿਖਾਈ 3600 ਪਲੱਸ ਵਾਲਾ ਬਾਈ ਜੀ, 3630 ਪਲੱਸ, ਅਤੇ 3602 ਆ ਗਿਆ ਬਾਈ ਜੀ, ਇਹ 3630 ਆ ਗਿਆ ਬਾਈ ਜੀ ਸਪੈਸ਼ਲ ਐਡੀਸ਼ਨ ਵਾਲਾ, ਸਾਰਿਆਂ ਨੂੰ ਉੱਪਰਲਾ ਮਾਡਲ, ਟੋਪ ਮਾਡਲ ਜਿਵੇਂ ਆਪਾਂ ਕਹੀਏ, ਅਤੇ ਪਲੱਸ 'ਚ ਆ ਗਿਆ, ਸਪੈਸ਼ਲ ਐਡੀਸ਼ਨ ਵਾਲਾ ਗਿਆ। ਅਤੇ ਬਾਕੀ ਬਾਈ ਜਿੰਨਾ ਹੈਗਾ ਕੰਪਨੀ ਵੱਲੋਂ ਤੁਸੀਂ ਦੇਖ ਸਕਦੇ ਹੋ ਬਾਈ ਜੀ, ਅਤੇ 20 ਮਾਡਲ ਹੈਗਾ, ਅਤੇ 7,45,000 ਰੁਪਇਆ ਡਿਮਾਂਡ ਆ ਗਈ। ਅਤੇ ਬਾਕੀ ਤੁਹਾਨੂੰ ਦੇਖ ਲੈਂਦੇ ਆਪਾਂ ਬਾਈ ਜੀ ਚਾਲ ਚਲਾਵੇ ਦੀ ਗੱਲ ਕਰੀਏ ਬਾਈ ਜੀ, 1,331 ਘੰਟੇ ਚੱਲਿਆ ਹੋਇਆ ਬਾਈ ਜੀ, 1,331 ਘੰਟੇ ਚੱਲਿਆ ਹੈਗਾ। ਕਨੋਪੀ ਵਗੈਰਾ ਵਧੀਆ ਲੱਗੀ ਹੋਈ ਹੈਗੀ, ਅਤੇ ਵਧੀਆ ਕੰਡੀਸ਼ਨ ਹੈਗੀ। ਅਤੇ ਅੱਗੇ ਗਿਆ ਬਾਈ ਜੀ ਨਿਊ ਹੋਲੈਂਡ ਪਲੱਸ ਵਾਲਾ, 9 ਮਾਡਲ ਹੈਗਾ, 4,75,000 ਰੁਪਇਆ ਡਿਮਾਂਡ ਹੈਗੀ। ਅਤੇ ਬਾਕੀ ਜੇ ਟਾਇਰਾਂ ਦੀ ਗੱਲ ਕਰੀਏ, ਫਰੰਟ ਟਾਇਰ ਹੈਗੇ ਬਾਈ ਜੀ 75 ਕੁ ਪੈਸੇ, ਅਤੇ ਬੈਕ ਟਾਇਰ ਨਵੇਂ ਲੱਗੇ MRF ਦੇ, ਅਤੇ 16 ਦੇ ਟਾਇਰ ਹੈ ਬਾਈ ਜੀ। ਅਤੇ ਬਾਕੀ ਤੁਹਾਨੂੰ ਮਗਰਾਟਾ ਵਗੈਰਾ ਦੀ ਕੰਡੀਸ਼ਨ ਵੀ ਦਿਖਾ ਦੇਣ ਹੈਗੇ, ਅਤੇ ਉੱਪਰ ਟੇਪ ਵਗੈਰਾ ਵੀ ਕਰੀ ਹੋਈ ਹੈਗੀ ਬਾਈ ਜੀ। ਅਤੇ ਲਓ ਬਾਈ ਜੀ ਬੈਕ ਤੋਂ ਦਿਖਾ ਦਈਏ ਤੁਹਾਨੂੰ, ਬੈਕ ਤੋਂ ਵੀ ਵਧੀਆ ਸਾਫ਼ ਪਿਆ ਹੈਗਾ, ਅਤੇ ਡਰਾਈਵਰ ਡੂਬਲੇ ਵੀ ਵਧੀਆ ਪਈ ਹੈਗਾ ਇਹਦਾ। ਅਤੇ ਅੱਗੇ ਹੈਗਾ ਬਾਈ ਸੋਨਾਲੀਕਾ 750 ਦਾ, ਜੇ ਬੈਕ ਟਾਇਰਾਂ ਦੀ ਗੱਲ ਕਰੀਏ ਬਾਈ ਜੀ 80 ਪੈਸੇ ਨੇਗੇ, ਅਤੇ ਹੈਵੀ ਹੁੱਕ ਲੱਗੀ ਹੋਈ ਹੈਗੀ, ਅਤੇ ਸਾਤਰੀ ਹੈ ਨਹੀਂ ਬਾਈ ਜੀ ਤੁਹਾਡੇ ਸਾਹਮਣੇ। ਬਾਕੀ ਜੇ ਮਾਡਲ ਦੀ ਗੱਲ ਕਰੀਏ ਬਾਈ ਜੀ, ਮਾਡਲ 14 ਬਾਈ ਜੀ, ਬਹੁਤ ਜਿਵੇਂ ਆਪਾਂ ਕਹਿ ਦਈਏ ਬਾਈ ਜੀ ਵਧੀਆ ਕੰਡੀਸ਼ਨ 'ਚ ਪਿਆ, PV31 ਮਾਨਸਾ ਦਾ ਨੰਬਰ ਆ, ਸਮਾਈ 'ਚ ਚੱਲਿਆ ਹੋਇਆ ਟਰੈਕਟਰ ਹੈਗਾ, 4,65,000 ਰੁਪਇਆ ਰੇਟ ਹੈਗਾ। ਅਤੇ ਅੱਗੇ ਕਿ ਬਾਈ ਜੀ ਸਪੈਸ਼ਲ ਐਡੀਸ਼ਨ ਵਾਲਾ 3630 TXT ਮਾਡਲ 'ਚ, ਚੌਕੋਲੇਟ ਟਾਇਰਾਂ ਦਾ ਨਵਾਂ ਗਾ ਇਹਦਾ ਵੀ ਬਾਈ ਜੀ, 22 ਮਾਡਲ ਹੈਗਾ, ਅਤੇ 8,45,000 ਰੁਪਇਆ ਡਿਮਾਂਡ ਹੈਗੀ। ਬਾਕੀ ਕਨੋਪੀ ਵਗੈਰਾ ਲੱਗੀ ਹੋਈ ਹੈਗੀ, ਅਤੇ 16 ਦੇ ਟਾਇਰਾਂ 'ਚ ਹੈਗਾ, ਗੁੱਡੀਅਰ ਦੇ ਟਾਇਰ ਨੇ ਬਾਈ ਜੀ। ਅਤੇ ਬਾਕੀ ਤੁਹਾਨੂੰ ਬੈਕ ਤੋਂ ਵੀ ਦਿਖਾ ਦਿੰਦੇ ਬਾਈ ਜੀ, ਪੂਰਾ ਸਾਫ਼ ਪਿਆ ਹੈਗਾ ਬਾਈ ਜੀ ਬੈਕ ਤੋਂ ਵੀ,
ਤੇ ਬਾਕੀ ਜੇ ਚਾਲ ਚਲਾਵੇ ਦੀ ਗੱਲ ਕਰੀਏ ਬਾਈ ਜੀ, ਚਾਲ ਚਲਾਵਾ ਵੀ ਦੇਖਦੇ ਹਾਂ ਆਪਾਂ, ਪਲੱਸ ਵਾਲਾ ਗਿਆ ਬਾਈ ਜੀ ਇਹ। ਚਾਲ ਚਲਾਵੇ ਦੀ ਗੱਲ ਕਰੀਏ ਬਾਈ ਜੀ, ਇਹ ਚੱਲਿਆ ਹੋਇਆ 7000 ਘੰਟਾ ਚੱਲਿਆ ਬਾਈ ਜੀ, ਅਤੇ ਟਾਇਰ ਵੀ ਹੁਣ ਇਸ ਹਿਸਾਬ ਨਾਲ ਦੁਬਾਰੇ ਦੇ ਟਾਇਰ ਨੇ ਬਾਈ ਜੀ। ਅਤੇ ਅੱਗੇ ਅੱਗੇ ਬਾਈ ਜੀ ਮਹਿੰਦਰਾ 235, ਇਹ ਟਰੈਕਟਰ ਬਾਈ ਜੀ ਜਿਵੇਂ ਆਪਾਂ ਕਹਿ ਦਈਏ ਬਾਈ ਜੀ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲੂਗਾ, ਪਰ ਫੈਕਟਰੀਆਂ 'ਚ ਜ਼ਿਆਦਾ ਯੂਜ ਕੀਤਾ ਜਾਂਦਾ ਗਾ ਜੀ। ਅਤੇ ਬੈਕ ਟਾਇਰਾਂ ਦੀ ਗੱਲ ਕਰੀਏ ਬਾਈ ਜੀ, ਅੱਧੇ ਨੇਗੇ ਅਤੇ ਫਰੰਟ ਟਾਇਰ ਜਮ੍ਹਾਂ ਨਵੇਂ ਪਏ ਨੇਗੇ। ਮਾਡਲ ਹੈਗਾ ਬਾਈ ਜੀ 7 ਅਤੇ 1,20,000 ਰੁਪਇਆ ਡਿਮਾਂਡ ਆ ਜੀ। ਬਾਕੀ ਵੀ ਮੌਕੇ 'ਤੇ ਮਾਨ ਧਾਨ ਜ਼ਰੂਰ ਹੋ ਜਾਂਦਾ ਗਾ। ਅਤੇ ਟਰਾਲੀ ਕੱਪੇ ਨੂੰ ਜਾਂ ਛੋਟੇ ਜ਼ਿਮੀਂਦਾਰ ਲਈ ਪੂਰਾ ਬੈਸਟ ਟਰੈਕਟਰ ਹੈਗਾ। ਅਤੇ ਅੱਜ ਕੱਲ੍ਹ ਦੇ ਜਿਵੇਂ ਤੂੜੀ ਵਾਲੀ ਸੀਜ਼ਨ ਲਈ ਆਮ ਆਪਾਂ ਕਹਿ ਦਈਏ ਟਰਾਲੀ ਟਰੂਲੀ ਵਾਲੀ ਪੂਰਾ ਵਧੀਆ ਹੈਗਾ। ਅਤੇ ਭੂਮੀ ਪੁੱਤਰ 'ਚ ਹੈਗਾ ਨਿਊ ਹੋਲੈਂਡ ਹੈਗਾ ਬਾਈ ਜੀ, ਅੱਗੇ TXT ਮਾਡਲ 3630 ਪਲੱਸ ਵਾਲਾ, 16 ਦੇ ਟਾਇਰ ਚੌਕਰ ਟਾਇਰਾਂ ਦਾ ਪਿਆ ਬਾਈ ਜੀ, 75 ਕੁ ਪੈਸੇ, ਪੰਜਾਬ ਨੰਬਰ ਆ ਬਾਈ ਜੀ, PV8 ਜਲੰਧਰ ਦਾ, 2009 ਮਾਡਲ ਹੈਗਾ, 4,60,000 ਰੁਪਇਆ ਡਿਮਾਂਡ ਆ ਗਈ। ਬਾਕੀ ਕਨੋਪੀ ਲੱਗੀ ਹੋਈ ਆ, ਉੱਪਰ ਮਗਰਾਟ ਵੀ ਦਿਖਾ ਦਿੰਦੇ ਬਾਈ ਜੀ ਤੁਹਾਨੂੰ, ਅਤੇ ਵਿੱਚੋਂ ਵੀ ਦਿਖਾ ਦਿੰਦੇ, ਵਿੱਚੋਂ ਵੀ ਵਧੀਆ ਸਾਫ ਪਏ ਨੇਗੇ। ਅਤੇ ਪਿੱਛੋਂ ਘੁੰਮ ਕੇ ਦਿਖਾ ਦਈਏ ਤੁਹਾਨੂੰ ਬਾਈ ਜੀ, ਪਿੱਛੋਂ ਵੀ ਵਧੀਆ ਹਾਲਤ ਆ ਗਈ, ਟਰੈਕਟਰ ਪੂਰਾ ਸਾਫ ਪਿਆ ਹੈਗਾ ਕੰਡੀਸ਼ਨ ਦਾ। ਅਤੇ ਅੱਗੇ ਅੱਗੇ ਬਾਈ ਜੀ ਬਲੈਕ 'ਚ ਮਿਲਣ ਵਾਲਾ, ਪੁਰਾਣੇ ਟਾਈਮਾਂ 'ਚ ਬਾਈ ਜੀ ਇਹ ਟਰੈਕਟਰ ਦੀ ਪੂਰੀ ਚੜ੍ਹਾਈ ਹੁੰਦੀ ਸੀਗੀ, ਉਹਨਾਂ ਟਾਈਮਾਂ 'ਚ ਇਹਨੂੰ ਕਹਿ ਲਈਏ ਆਪਾਂ ਖੇਤੀ ਦਾ ਕਿੰਗ ਮੰਨਿਆ ਜਾਂਦਾ ਸੀ, ਖੇਤੀ ਦਾ ਰਾਜਾ। 3600 ਆ ਗਿਆ ਬਾਈ ਜੀ ਫੋਰਡ, ਫਰੰਟ ਰਹਿ ਗਿਆ ਬਾਈ ਜੀ 60 ਕੁ ਪੈਸੇ, ਅਤੇ ਬੈਕ ਟਾਇਰ ਅੱਧੇ ਹੈਗੇ ਬਾਈ ਜੀ, 91 ਮਾਡਲ ਆ ਅਤੇ 1,25,000 ਰੁਪਇਆ ਡਿਮਾਂਡ ਹੈ। ਬਾਕੀ ਤੁਸੀਂ ਦੇਖ ਸਕਦੇ ਬਾਈ ਜਿੰਨਾ ਟਰੈਕਟਰ ਹੈਗਾ ਬਾਈ ਜੀ ਓਰੀਜਨਲ ਹੀ ਹੈਗੇ, ਕਿਉਂਕਿ ਦੇਖਣ ਨੂੰ ਵੀ ਪਤਾ ਲੱਗ ਰਿਹਾ ਹੈਗਾ, ਕਿਉਂਕਿ ਜੇ ਕਿਸੇ ਵੀਰ ਨੇ ਤਿਆਰ ਕਰਵਾਉਣਾ ਹੋਵੇ ਉਹਦੇ ਲਈ ਪੂਰਾ ਵਧੀਆ ਹੈਗਾ, ਕਿਉਂਕਿ ਅੱਜ ਕੱਲ੍ਹ ਬਾਈ ਜੀ ਕਰੇਜ਼ ਚੱਲ ਰਿਹਾ ਹੈਗਾ ਫੋਰਡ ਤਿਆਰ ਕਰਵਾਉਣ ਦਾ। 1.25 ਲੱਖ ਰੁਪਇਆ ਡਿਮਾਂਡ ਆ, 91 ਮਾਡਲ ਆ ਬਾਈ ਜੀ, ਅਤੇ ਬਠਿੰਡੇ ਦਾ ਨੰਬਰ ਆ ਬਾਈ ਜੀ, ਪੰਜਾਬ ਨੰਬਰ, PV3। 3600 ਫੋਰਡ ਹੈਗਾ ਬਾਈ ਜੀ, ਇਹਦੇ ਆਪਾਂ ਕਹਿੰਦੇ ਮਗਰਾਟ ਦੁਬਾਰੇ ਦੇ ਲੱਗੇ ਹੋਏ ਨੇਗੇ, ਅਤੇ ਫਰੰਟ ਨਵੇਂ ਟਾਇਰ ਨੇਗੇ, ਅਤੇ MRF ਦਾ ਮਾਰਕਾ ਵੀ ਦਿਖ ਰਿਹਾ ਹੈਗਾ। ਬੈਕ ਟਾਇਰ ਹੈਗੇ ਨੇ ਬਾਈ ਜੀ ਅੱਧੇ, ਇਹ ਵੀ 91 ਮਾਡਲ ਆ, ਅਤੇ ਇਹਦਾ ਰੇਟ ਹੈਗਾ ਬਾਈ ਜੀ 1.5 ਲੱਖ ਰੁਪਇਆ, ਅਤੇ ਹਰਿਆਣਾ ਨੰਬਰ ਆ HR19, HR19 ਨੰਬਰ ਹੈਗਾ ਬਾਈ ਜੀ। ਅਤੇ ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਬਾਈ ਜੀ, ਚਾਰੇ ਪਾਸੇ ਤੁਹਾਨੂੰ ਘੁੰਮ ਕੇ ਦਿਖਾ ਦਿੰਦੇ ਹੈਗੇ, ਹਰਿਆਣੇ ਨੰਬਰ 'ਚ ਹੈਗਾ ਬਾਈ ਜੀ। ਅਤੇ ਲਓ ਬਾਈ ਚੈੱਕ ਕਰ ਲਓ ਕੰਡੀਸ਼ਨ। ਅਤੇ ਅੱਗੇ ਹੈਗੇ ਬਾਈ ਜੀ 3630 TXT ਮਾਡਲ ਵਾਲਾ ਪਲੱਸ ਵਾਲਾ, ਫਰੰਟ ਟਾਇਰ ਹੈਗੇ ਬਾਈ ਜੀ 60 ਕੁ ਪੈਸੇ, ਅਤੇ ਬੈਕ ਟਾਇਰ ਨਵੇਂ ਨੇਗੇ 16 ਦੇ, ਅਤੇ ਗੁੱਡੀਅਰ ਦੇ ਟਾਇਰ ਨੇ, ਅਤੇ ਬਾਕੀ ਤੁਸੀਂ ਸਲਾਂਸਰ ਵਗੈਰਾ ਦੇਖ ਸਕਦੇ ਬਾਈ ਜੀ। ਲਓ ਬਾਈ ਚੈੱਕ ਕਰੋ, ਸਲਾਂਸਰ ਵਗੈਰਾ ਵੀ ਸ਼ੌਂਕ ਨੂੰ ਲਵਾਇਆ ਹੋਇਆ ਜਿਵੇਂ ਆਪਾਂ ਕਰੀਏ, ਅਤੇ ਬਾਕੀ LED ਲੱਗੀ ਹੋਈ ਆ, ਅਤੇ ਕਨੋਪੀ ਵਗੈਰਾ ਵੀ ਲੱਗੀ ਹੋਈ ਆ। ਅਤੇ 12 ਮਾਡਲ ਹੈਗਾ, ਜੂਜੀ ਗੇਅਰ ਵਾਲਾ ਹੈਗਾ, 4,25,000 ਰੁਪਇਆ ਰੇਟ ਹੈਗਾ, ਜਿਵੇਂ ਆਪਾਂ ਕਰੀਏ 4.25 ਲੱਖ ਰੁਪਇਆ। ਅਤੇ ਬਾਕੀ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਬਾਈ ਜੀ, ਜੂਜੀ ਗੇਅਰ ਵਾਲਾ ਪਲੱਸ ਵਾਲਾ। ਲਓ ਬਾਈ, ਅਤੇ ਅੱਗੇ ਅੱਗੇ ਬਾਈ ਜੀ ਨਿਊ ਹੋਲੈਂਡ 3630 TXT ਮਾਡਲ 'ਚ, ਅਤੇ ਜੇ ਫਰੰਟ ਟਾਇਰ ਨਵੇਂ ਨੇਗੇ, ਅਤੇ ਬੈਕ ਟਾਇਰ ਵੀ ਬਾਈ ਜੀ ਹੈਗੇ ਨੇਗੇ 90 ਕੁ ਪੈਸੇ, ਬਾਕੀ ਪੂਰੇ ਬੰਪਰ ਲੱਗਾ ਹੋਇਆ ਵਧੀਆ। 13 ਮਾਡਲ ਹੈਗਾ, 4,25,000 ਰੁਪਇਆ ਡਿਮਾਂਡ ਹੈਗੀ ਆ ਬਾਈ ਜੀ। ਅਤੇ ਇਹ ਹੈਗਾ ਬਾਈ ਜੀ 13 ਮਾਡਲ, ਅਤੇ ਇਹ ਹੈਗਾ 12 ਮਾਡਲ, ਇਹਦੇ ਵੀ 4,25,000 ਰੁਪਇਆ ਡਿਮਾਂਡ ਆ, ਅਤੇ ਇਹਦੀ ਵੀ 4,25,000 ਰੁਪਇਆ ਡਿਮਾਂਡ ਆ ਜੀ। ਅਤੇ ਇਹ ਹੈਗਾ ਬਾਈ ਜੀ ਸੁਪਰ ਵਾਲਾ, ਅੱਗੇ ਹੈਗਾ ਬਾਈ ਜੀ ਫਾਰਮ ਟਰੈਕ 60 ਦਾ, 11 ਮਾਡਲ ਹੈਗਾ, 2,65,000 ਰੁਪਇਆ ਡਿਮਾਂਡ ਆ,
ਫਰੰਟ ਟਾਇਰ 80 ਕੁ ਪੈਸੇ ਨੇ ਅਤੇ ਬੈਕ ਟਾਇਰ ਹੈਗੇ ਨੇ ਬਾਈ ਜੀ ਅੱਧੇ। ਅੱਗੇ ਗਿਆ ਬਾਈ ਜੀ ਮੈਸੀ 241 ਸਾਈਡ ਗੇਅਰ 'ਚ ਆ ਗਿਆ, ਟੋਪ ਮਾਡਲ ਮੰਗਵਾ ਗਿਆ ਬਾਈ ਜੀ, ਬਠਿੰਡੇ ਦਾ ਨੰਬਰ ਆ, 13 ਮਾਡਲ ਆ, 3,60,000 ਰੁਪਇਆ ਰੇਟ ਹੈਗਾ। ਬਾਕੀ ਸਮਾਈ 'ਚ ਚੱਲਿਆ ਹੋਇਆ ਟਰੈਕਟਰ ਹੈਗਾ, ਪਾਵਰ ਸਟੀਅਰਿੰਗ ਦਾ, ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਈ ਜੀ ਪੂਰੇ ਸਾਫ਼ ਪਈ ਹੈਗੇ, ਫਿਰ ਉਹ ਵੀ ਚੈੱਕ ਕਰ ਲਓ ਕੰਡੀਸ਼ਨ, ਵਧੀਆ ਕੰਡੀਸ਼ਨ ਦਾ ਪਿਆ ਹੈਗਾ। ਅਤੇ ਬਾਕੀ ਬੈਗ ਵੇਟ ਵਗੈਰਾ ਵੀ ਲੱਗੇ ਹੋਣਗੇ, 35 ਕਿਲੋ ਦੀਆਂ ਦੋਨਾਂ ਪਾਸੇ ਪਲੇਟਾਂ ਲੱਗੇ ਹੋਣਗੇ। ਅਤੇ ਅੱਗੇ ਬਾਈ ਜੀ ਸੋਨਾ ਲੀਕਾ 745 ਦਾ 18 ਮਾਡਲ ਆ, 4,30,000 ਰੁਪਇਆ ਰੇਟ ਹੈਗਾ। ਫਰੰਟ ਟਾਇਰ ਹੈਗੇ ਬਾਈ ਜੀ 75 ਕੁ ਪੈਸੇ, ਬੈਕ ਟਾਇਰ ਹੈਗੇ ਨੇ ਬਾਈ ਜੀ 65 ਕੁ ਪੈਸੇ। ਅਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ, ਪਾਵਰ ਪਲੱਸ ਵਾਲਾ ਬਾਈ ਜੀ, 57 ਮਾਡਲ 'ਚ ਹੈਗਾ। ਅਤੇ ਬਾਕੀ ਬਾਈ ਜੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਮਿਲਦੇ ਨਵੀਂ ਤੱਕ ਲਈ ਬਾਈ ਜੀ, ਧੰਨਵਾਦ।